ਬਰਾਤੀਆਂ ਦੇ ਨਾਲ ਭਰੀ ਬੱਸ ਨੂੰ ਟਿੱਪਰ ਦੇ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਦੋਂ ਬਰਾਤੀਆਂ ਦੇ ਨਾਲ ਭਰੀ ਬੱਸ ਕੋਟਕਪੁਰਾ ਰੋਡ ਦੇ ਉੱਤੇ ਪਾਣੀ ਦੀਆਂ ਬੋਤਲਾਂ ਲੈਣ ਦੇ ਲਈ ਰੁਕੇ ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਬੱਸ ਦੇ ਵਿੱਚ ਬੈਠੇ ਦੋ ਬਰਾਤੀਆਂ ਦੀਆਂ ਲੱਤਾਂ ਟੁੱਟ ਗਈਆਂ, ਜਿਨ੍ਹਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਕਈ ਬਰਾਤੀਆਂ ਦੇ ਕਿਹਾ ਜਾ ਰਿਹਾ ਹੈ ਕਿ ਗੰਭੀਰ ਸੱਟਾਂ ਆਈਆਂ ਨੇ, ਉਹਨਾਂ ਨੂੰ ਵੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ। ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਬਰਾਤੀਆਂ ਦੇ ਨਾਲ ਭਰੀ ਬੱਸ ਨੂੰ ਇੱਕ ਟਿੱਪਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ, ਜਿਸ ਦੇ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਕੋਟਕਪੁਰਾ ਰੋਡ ਦੇ ਉੱਤੇ ਜਦੋਂ ਪਾਣੀ ਦੀਆਂ ਬੋਤਲਾਂ ਲੈਣ ਦੇ ਲਈ ਇਹ ਬਰਾਤ ਰੁਕੀ ਸੀ ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਜੋ ਟਿੱਪਰ ਦਾ ਚਾਲਕ ਹੈ ਉਸ ਦੇ ਉੱਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਗੱਡੀ ਚਲਾਉਣ ਦੇ ਇਲਜ਼ਾਮ ਲੱਗੇ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਫਰੀਦਕੋਟ ਕੋਟਕਪੁਰਾ ਰੋਡ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ। ਮੌਕੇ 'ਤੇ ਲੋਕਾਂ ਨੇ ਜਿਹੜੇ ਮੌਜੂਦ ਹਨ ਉਹਨਾਂ ਤੋਂ ਪਤਾ ਲੱਗਿਆ ਵੀ ਜਿਹੜੀ ਬੱਸ ਹੈ ਇੱਥੇ ਰੋਡ ਦੇ 'ਤੇ ਖੜ੍ਹੀ ਹੋਈ ਸੀ, ਟਿੱਪਰ ਪਿੱਛੋਂ ਕਿਤੇ ਆ ਰਿਹਾ ਸੀ ਜੀ। ਟਿੱਪਰ ਵਾਲੇ ਦੀ ਜਾਂ ਤਾਂ ਕੋਈ ਨੀਂਦ ਨੂੰਦ ਆ ਗਈ ਜਾਂ ਉਹਨੂੰ ਪਤਾ ਨਹੀਂ ਲੱਗਾ ਟਿੱਪਰ ਜਿਹੜਾ ਪਿੱਛੋਂ ਗੱਡੀ ਦੇ ਵਿੱਚ ਖੜ੍ਹੀ ਦੇ ਵਿੱਚ ਵੱਜਿਆ ਜੀ। ਅਤੇ ਬੱਸ ਦੇ ਪਿੱਛੇ ਵਿੱਚ ਕਾਰ ਜਿਹੜੀ ਬੱਸ ਹੈ ਉਹ ਬਰਾਤ ਜਾ ਰਹੀ ਸੀ ਇੱਥੋਂ ਲੋਕਲ ਟੀਚਰ ਕਲੋਨੀ ਤੋਂ ਫਰੀਦਕੋਟ ਤੋਂ ਬਠਿੰਡਾ ਵਿਖੇ। ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਬੱਸ ਜਿਹੜੀ ਥੱਲੇ ਲੈ ਗਈ ਹੈ, ਟਿੱਪਰ ਦਾ ਵੀ ਨੁਕਸਾਨ ਹੋਇਆ ਅਤੇ ਬੱਸ ਦਾ ਵੀ ਪਿੱਛੋਂ ਕਾਫੀ ਨੁਕਸਾਨ ਹੋਇਆ ਵਾ, ਪਰ ਜਾਨੀ ਨੁਕਸਾਨ ਹੋਣ ਤੋਂ ਬਚਿਆ। ਇੱਕ ਦੋ ਬੰਦੇ ਇੰਜਰਡ ਹੋਏ ਨੇ ਜਿਹਨਾਂ ਨੂੰ ਐਂਬੂਲੈਂਸ ਬੁਲਾ ਕੇ ਮੌਕੇ 'ਤੇ ਜਿਹੜਾ ਹੋਸਪਿਟਲ ਸ਼ਿਫਟ ਕਰ। ਸਰ ਦੱਸਿਆ ਜਾ ਰਿਹਾ ਕਿ ਜਿਹੜਾ ਟਿੱਪਰ ਦਾ ਡਰਾਈਵਰ ਉਸਨੂੰ ਵੀ ਹਿਰਾਸਤ 'ਚ ਲਿਆ ਇੱਕ ਵਾਰੀ। ਹਾਂ, ਉਹਨੂੰ ਇੱਕ ਵਾਰੀ, ਉਹ ਡਰਾਈਵਰ ਨਹੀਂ ਹੈਗਾ ਸ਼ਾਇਦ, ਕਲੀਨਰ ਹੈ, ਹਜੇ ਵੈਰੀਫਾਈ ਕੀਤਾ ਜਾਊਗਾ। ਉਹ ਕਹਿੰਦਾ ਵੀ ਮੈਂ ਚਲਾਉਂਦਾ ਨਹੀਂ ਸੀਗਾ, ਉਹ ਕਲੀਨਰ ਹੈ, ਮੈਂ ਤਾਂ ਡਰਾਈਵਰ ਜਿਹੜਾ ਉਹ ਮੌਕੇ 'ਤੇ ਹੈ ਨਹੀਂ। ਟਿੱਪਰ ਦਾ ਪਤਾ ਲੱਗਿਆ ਸਰ ਇਹ ਕਿੱਥੇ ਆ ਰਿਹਾ ਸੀ, ਕਿੱਥੋਂ ਜਾ ਰਿਹਾ ਸੀ? ਇਹ ਟਿੱਪਰ ਇੱਥੇ ਲੋਕਲ ਮਿੱਟੀ ਭਰ ਕੇ ਕਿਤੇ ਵਾਹਗੇ ਪੈਣੇ ਸ਼ਾਇਦ ਜਾ ਰਿਹਾ। ਇਹ ਬਰਾਤ ਜਾ ਰਹੀ ਸੀ ਬਠਿੰਡੇ। ਅੱਛਾ ਜੀ। ਲਕਸ਼ਮੀ ਨਗਰੋਂ ਕੀ ਫੋਟੋ? ਓਕੇ। ਲਕਸ਼ਮੀ ਨਗਰ ਗਲੀ ਮੁਰੇ ਚਾਰ ਤੋਂ ਜੀ ਬਠਿੰਡੇ ਬਰਾਤ ਜਾ ਰਹੀ ਸੀ। ਅੱਛਾ ਜੀ। ਇੱਥੇ ਪਾਣੀ ਪੂਣੀ ਲੈਣ ਲੱਗ ਗਈ। ਬੱਚੇ ਪਾਣੀ ਡਿੱਕੇ ਅਤੇ ਪਾਣੀ ਦੀ ਬੋਤਲ ਲੈ ਗਈ। ਅੱਛਾ ਜੀ। ਉਹ ਗੱਡੀ ਇੱਥੇ ਸਾਈਡ 'ਤੇ ਖੜ੍ਹੀ ਸੀ ਇੱਧਰਲੇ ਪਾਸੇ, ਪਿੱਛੋਂ ਆ ਕੇ ਕੈਂਟਰ ਵੱਜਿਆ, ਅੱਗੇ ਤੁਹਾਨੂੰ ਪਤਾ ਹੀ ਹੈ ਜੀ। ਕਿੰਨੀਆਂ ਕੁ ਸਵਾਰੀਆਂ ਸੱਟਾਂ ਵੱਜੀਆਂ? ਸਵਾਰੀਆਂ ਦੇ ਤਿੰਨ ਚਾਰ ਫੁੱਟਾਂ ਵੱਜੀਆਂ ਜੀ। ਅੱਛਾ ਜੀ। ਅਤੇ ਬੱਸ ਵੀ ਗਾਂਹ ਖਤਾਨਾ ਜਿਹੜੀ ਪਿੱਛੋਂ ਤੱਕ ਕੇ ਲੈ ਕੇ ਗਈ? ਪਿੱਛੋਂ ਤੱਕ ਕੇ ਆ ਗਏ ਨੇ। ਓਕੇ। ਕਿੰਨਾ ਕੁਛ ਨੁਕਸਾਨ ਹੋਇਆ ਹੋਊਗਾ? ਨੁਕਸਾਨ ਤਾਂ ਬੱਸ ਦਾ ਵੀ ਹੋਇਆ ਜੀ ਬਹੁਤ। ਅੱਛਾ। ਦੋ ਜਣਿਆਂ ਦੀ ਲੱਤਾਂ ਟੁੱਟ ਗਈਆਂ। ਬਾਕੀ ਇੱਧਰ ਥੋੜ੍ਹੀ ਬਹੁਤੀ ਬੱਚਿਆਂ ਨੂੰ ਵੀ ਸੱਟ ਲੱਗੀ ਹੈ। ਹੁਣ ਠੀਕ ਹੈ। ਵੈਸੇ ਜਿਹੜੇ ਉਹਨਾਂ ਜ਼ਖਮੀ ਉਹਨਾਂ ਨੂੰ ਕਿੱਥੇ ਲੈ ਕੇ ਗਏ? ਉਹ ਹੋਸਪਿਟਲ ਲੈ ਗਏ ਜੀ। ਇਹਨਾਂ ਬਾਈ ਜੀ, ਸਾਡੀ ਬੱਸ ਜਾ ਰਹੀ ਸੀ ਫਰੀਦਕੋਟ ਤੋਂ ਬਰਾਤ ਬਠਿੰਡਾ, ਠੀਕ ਹੈ ਜੀ। ਅਤੇ ਬੱਚੇ ਨੂੰ ਕੋਈ ਵੋਮਿਟਿੰਗ ਵਗੈਰਾ ਆ ਰਹੀ ਸੀ ਅਤੇ ਇੱਥੇ ਅਸੀਂ ਸਾਈਡ 'ਤੇ ਗੱਡੀ ਲਗਾ ਕੇ ਨਾ, ਅਤੇ ਡਰਾਈਵਰ ਪਾਣੀ ਦੀ ਬੋਤਲ, ਮੰਨ ਲਓ ਸਵਾਰੀ ਨੂੰ ਉਹਨਾਂ ਨੇ ਕਿਹਾ ਪਾਣੀ ਜਾਂ ਕੋਲਡ ਡਰਿੰਕ ਲਿਆ, ਗੱਡੀ ਸਾਈਡ 'ਤੇ ਖੜ੍ਹੀ ਸੀ, ਜੇ ਟਿੱਪਰ ਆ ਰਿਹਾ ਸੀ ਪਰਮਾਤਮਾ ਜਾਣੇ ਕਿੱਧਰੋਂ ਆ ਰਿਹਾ, ਪਰ ਡਰਾਈਵਰ ਜਿੱਦਾਂ ਕਹਿ ਲਓ ਫੁੱਲੀ ਡਰੰਕਡ ਵਾਲਾ ਨੂੰ ਕੋਈ ਪਤਾ ਨਹੀਂ ਹੋਸ਼ ਨਹੀਂ ਗੀ, ਅਤੇ ਖੜ੍ਹੀ ਗੱਡੀ ਦੇ ਵਿੱਚ ਉਹਨਾਂ ਨੇ ਮਗਰੋਂ ਗੱਡੀ ਮਾਰੀ, ਬੈਕ ਤੋਂ ਮਾਰੀ, ਬੈਕ ਤੋਂ ਮਾਰੀ। ਅੱਛਾ ਜੀ। ਕਿੰਨਾ ਕੁ ਨੁਕਸਾਨ ਹੋਇਆ ਇਹਦੇ 'ਚ, ਔਰ ਜਿਹੜੇ ਇਹਦੇ 'ਚ ਸਵਾਰੀਆਂ ਸੀ ਉਹਨਾਂ ਦਾ ਕਿੰਨਾ ਕੁ ਨੁਕਸਾਨ? ਸਵਾਰੀ ਦੋਵਾਂ ਦੇ ਫ੍ਰੈਕਚਰ ਹੈ ਜੀ। ਅੱਛਾ ਜੀ। ਡਰਾਈਵਰ ਦੇ ਸਿਰ 'ਚ ਸੱਟ ਆ ਪਈ ਜੀ, ਤੇ ਇੱਕ ਸਾਡੇ ਕੰਡਕਟਰ ਦੇ ਸਿਰ 'ਚ ਸੱਟ ਆ ਜੀ। ਬੱਸ ਦਾ ਕਿੰਨਾ ਕੁ ਨੁਕਸਾਨ ਹੋਇਆ? ਬੱਸ ਤਾਂ ਡੈਮੇਜ ਆ ਜੀ, ਫੁੱਲੀ ਡੈਮੇਜ ਆ। ਓਕੇ। ਤੇ ਜਿਹੜੀਆਂ ਇਹਦੇ ਸਵਾਰੀਆਂ ਇੰਜਰਡ ਹੋਈਆਂ ਫਿਰ ਉਹਨਾਂ ਨੂੰ ਕਿੱਥੇ ਹੁਣ ਲੈ ਕੇ? ਉਹਨਾਂ ਨੂੰ ਸਰ ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਭੇਜਤਾ ਜੀ। ਕਿਵੇਂ ਹੁਣ ਉਹਨਾਂ ਨੇ ਕੰਡੀਸ਼ਨ ਕਿੰਨਾ? ਕੰਡੀਸ਼ਨ ਸਰ ਜਾ ਕੇ ਪਤਾ ਲੱਗਿਆ।